ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਵਿਨਰਜੀਤ, ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਤੇ ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ। ਅੱਜ ਬਹੁਤ ਅਹਿਮ ਮੁੱਦੇ ਤੇ ਚਰਚਾ ਤੁਹਾਡੇ ਨਾਲ ਗੱਲ ਕਰਨੀ ਹੈ, ਜੋ ਪਿਛਲੇ ਦਿਨਾਂ ਦੇ ਵਿੱਚ ਘਟਨਾਕ੍ਰਮ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੱਲ ਰਿਹਾ ਤੇ ਬਹੁਤ ਸਾਰੇ ਲੀਡਰਾਂ ਵੱਲੋਂ ਪਾਰਟੀ ਦੇ ਪ੍ਰਧਾਨ ਸਾਹਿਬ ਤੇ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਤੇ ਜਾਂ ਪਾਰਟੀ ਤੇ ਬੜੇ ਸਵਾਲ ਖੜੇ ਕੀਤੇ ਗਏ ਤੇ ਜਿਹਦੇ ਕਰਕੇ ਸਾਡੇ ਵਰਕਰ ਸਾਹਿਬਾਨ ਤੇ ਸਾਡੇ ਜਿਹੜੇ ਆਮ ਲੋਕ ਨੇ ਉਹ ਜਾਣਨਾ ਚਾਹੁੰਦੇ ਨੇ। ਵੀਰੋ, ਸ਼੍ਰੋਮਣੀ ਅਕਾਲੀ ਦਲ 103 ਸਾਲ ਤੋਂ ਵੱਧ ਪੁਰਾਣੀ ਪਾਰਟੀ ਹੈ ਤੇ ਅੱਜ ਉਹਦੇ ਵਿੱਚ ਕੁਝ ਲੀਡਰਾਂ ਵੱਲੋਂ ਜਿਹੜਾ ਖਿਲਾਫ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਮੇਂ ਦਾ ਚੱਕਰ ਵੀ ਹੋਇਆ ਹੈ, ਸਮੇਂ ਦਾ ਚੱਕਰ ਵੀ ਹੋਇਆ। ਕਹਿਣਾ ਕਿ ਜੇ ਤੁਹਾਨੂੰ ਯਾਦ ਹੋਵੇ ਤਾਂ ਆਪਾਂ ਮਹਾਂਭਾਰਤ ਦੇਖਦੇ ਹੁੰਦੇ ਸੀ, ਮਹਾਂਭਾਰਤ ਵੀ ਤੇ ਆਉਂਦਾ ਤੇ ਮਹਾਂਭਾਰਤ ਤੋਂ ਪਹਿਲਾਂ ਇੱਕ ਨਾ ਉਹ ਚੱਕਰ ਚੱਲਦਾ ਹੁੰਦਾ ਜਿਹਦਾ ਬੋਲਦੇ ਸਮੇਂ ਦਾ ਚੱਕਰ ਹੈ। ਉਹ ਬੋਲਦਾ ਬੜੇ ਸੋਹਣੇ ਤਰੀਕੇ ਨਾਲ ਬੋਲਦੇ ਤੇ ਸਮੇਂ ਦਾ ਚੱਕਰ ਹੈ ਕਿ ਕਈ ਵਾਰੀ ਇਹੋ ਜਿਹੇ ਲੀਡਰ ਜਿਨ੍ਹਾਂ ਨੇ ਬਹੁਤ ਲੋਕਾਂ ਨਾਲ ਬੜੇ ਮਾੜਾ ਕੀਤਾ ਤੇ ਅੱਜ ਉਹਨਾਂ ਦੇ ਹਾਲਾਤ ਉਸ ਲੈਵਲ ਤੇ ਪਹੁੰਚ ਗਏ ਜਿਹੋ ਜਿਹੇ ਉਹਨਾਂ ਨੇ ਜਿਹਨਾਂ ਲੀਡਰਾਂ ਨਾਲ ਕੀਤੀ ਸੀ। ਮੈਂ ਬਤੌਰ ਵਰਕਿੰਗ ਕਮੇਟੀ ਮੈਂਬਰ ਇਹ ਗੱਲ ਕਰਨੀ ਚਾਹੁੰਦਾ ਕਿਉਂਕਿ ਉਹਤੇ ਵੀ ਸਵਾਲ ਉੱਠੇ। ਵਰਕਿੰਗ ਕਮੇਟੀ ਪਾਰਟੀ ਦੀ ਉਹ ਕਮੇਟੀ ਹੈ ਜਿਹਦੀ ਲਿਸਟ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਵੀ ਹੁੰਦੀ ਹੈ। ਦੋ ਹੀ ਸਭ ਤੋਂ ਵੱਡੀਆਂ ਜਿਹੜੀਆਂ ਪਾਰਟੀ ਦੇ ਵਿੱਚ ਜਿਹੜੇ ਕਹਿ ਸਕਦੇ ਆ ਇੱਕ ਡੈਲੀਗੇਟ ਤੇ ਇੱਕ ਵਰਕਿੰਗ ਕਮੇਟੀ ਮੈਂਬਰ ਤੇ ਪਿਛਲੇ ਦਿਨ ਜਿਹੜਾ ਅਨੁਸ਼ਾਸਨੀ ਕਮੇਟੀ ਵੱਲੋਂ ਇੱਕ ਫੈਸਲਾ ਲਿਆ ਗਿਆ ਕੁਝ ਲੀਡਰਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣ ਦਾ, ਮੈਂ ਇੱਥੇ ਦੱਸਣਾ ਚਾਹੁੰਦਾ ਕਿ 26 ਤਾਰੀਖ ਨੂੰ ਪਿਛਲੀ ਨੂੰ ਇਹ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਸੀ ਤੇ ਉਸ ਮੀਟਿੰਗ ਦੇ ਵਿੱਚ ਇਹ ਵਿਚਾਰਿਆ ਗਿਆ ਸੀ, ਉੱਥੇ ਕਿਹਾ ਗਿਆ ਸੀ ਕਿ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਜਿਹੜੀ ਪਾਰਟੀ ਦੇ ਖਿਲਾਫ ਚੱਲ ਰਹੀ ਹੈ, ਜੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਚੱਲ ਰਹੀ ਹੈ ਜਾਂ ਕੋਈ ਹੋਰ ਸੁਧਾਰ ਲਹਿਰ ਬਣਾ ਕੇ ਚੱਲ ਰਹੀ ਹੈ, ਤਾਂ ਉਹਨਾਂ ਨੂੰ ਇੱਕ ਪਾਰਟੀ ਪਲੇਟਫਾਰਮ ਤੇ ਮੌਕਾ ਦਿੱਤਾ ਜਾਵੇ, ਬੁਲਾਇਆ ਜਾਵੇ ਤੇ ਉੱਥੇ ਬੁਲਾ ਕੇ ਕਿਹਾ ਜਾਵੇ ਕਿ ਗੱਲ ਪਾਰਟੀ ਪਲੇਟਫਾਰਮ ਤੇ ਕੀਤੀ ਜਾਵੇ। ਪਰ ਨਹੀਂ, ਜਦੋਂ ਗੱਲਾਂ ਨਹੀਂ ਹੋਈਆਂ ਤਾਂ ਉੱਥੇ ਇਹ ਵੀ ਨਾਲ ਕਿਹਾ ਗਿਆ ਸੀ ਕਿ ਜੇ ਪਾਰਟੀ ਪਲੇਟਫਾਰਮ ਤੇ ਕੋਈ ਲੀਡਰਸ਼ਿਪ ਨਹੀਂ ਆਉਂਦੀ ਤਾਂ ਫਿਰ ਉਹਨਾਂ ਦੇ ਉੱਪਰ ਜੋ ਵੀ ਬਣਦੀ ਕਾਰਵਾਈ ਹੈ ਅਨੁਸ਼ਾਸਨੀ ਕਮੇਟੀ ਕਰੇ। ਇਹਦੀ ਮੈਂ ਇਸ ਗੱਲ ਨੂੰ ਤਾਇਦ ਕਰਦਾ ਕਿਉਂਕਿ ਇਹ ਤੇ ਸਵਾਲ ਚੁੱਕਿਆ ਗਿਆ ਸੀ ਕਿ ਅਨੁਸ਼ਾਸਨੀ ਕਮੇਟੀ ਕਿਵੇਂ ਕਾਰਵਾਈ ਕਰ ਸਕਦੀ ਹੈ। ਸੋ ਵਰਕਿੰਗ ਕਮੇਟੀ ਦੇ ਵਿੱਚ ਇਹ ਫੈਸਲਾ ਹੋਇਆ ਸੀ ਤਾਂ ਫੈਸਲੇ ਦੇ ਤਹਿਤ ਹੀ ਜਿਹੜਾ ਇੱਕ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ। ਤੇ ਦੂਸਰੀ ਗੱਲ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਸਾਡੇ ਮਾਣਯੋਗ ਸਾਡੇ ਜ਼ਿਲ੍ਹੇ ਦੇ ਵੀ ਲੀਡਰ ਪੰਜਾਬ ਦੇ ਬੜੇ ਵੱਡੇ ਲੀਡਰ ਰਹੇ ਨੇ ਢੀਂਡਸਾ ਸਾਹਿਬ, ਉਹਨਾਂ ਨੇ ਹੋਰ ਸਾਰੇ ਲੀਡਰਾਂ ਨੇ ਇਹ ਗੱਲ ਕੀਤੀ ਹੈ ਕਿ ਪਾਰਟੀ ਚ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਕੁਰਬਾਨੀ ਕੀ ਹੈ, ਪਾਰਟੀ ਚ ਕਿਸੇ ਦੀ ਹੋਰ ਲੀਡਰਾਂ ਦੀ ਕੁਰਬਾਨੀ ਕੀ, ਅਸੀਂ ਜੇਲ੍ਹਾਂ ਕੱਢੀਆਂ। ਮੈਂ ਇੱਥੇ ਦੱਸਣਾ ਚਾਹੁੰਦਾ ਸਰਦਾਰ ਸਾਹਿਬ, ਜਦੋਂ ਉਹ ਸਮਾਂ ਸੀ ਉਦੋਂ ਸਮਾਂ ਜੇਲ੍ਹਾਂ ਕੱਟਣ ਦਾ ਸੀ, ਮੋਰਚਿਆਂ ਦਾ ਸਮਾਂ ਸੀ, ਪਰ ਜਿਹੜੀ ਅੱਜ ਦੀ ਰਾਜਨੀਤੀ ਸ਼ਾਇਦ ਉਹਦੇ ਚ ਇਹੋ ਜਿਹਾ ਸਮਾਂ ਨਹੀਂ ਆਇਆ। ਪਰੰਤੂ ਇਹ ਮੈਂ ਯਕੀਨ ਦਵਾਉਣਾ ਕਿ ਜੇ ਕਦੇ ਪੰਜਾਬ ਲਈ, ਪੰਜਾਬੀਅਤ ਲਈ, ਸੰਗਤ ਲਈ ਕਿਤੇ ਜੇਲ੍ਹਾਂ ਕੱਟਣ ਦਾ ਸਮਾਂ ਆਇਆ, ਜੇ ਕਿਤੇ ਖੂਨ ਡੋਲਣ ਦਾ ਸਮਾਂ ਆਇਆ, ਜੇ ਕਿਤੇ ਆਪਣੀ ਜਾਨ ਦੇਣ ਦਾ ਸਮਾਂ ਆਇਆ, ਤਾਂ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਅੱਜ ਵੀ ਤਿਆਰ ਹੈ ਤੇ ਸਮਾਂ ਜੇ ਦੇ ਆਊਗਾ ਇਹ ਤੁਸੀਂ ਆਪ ਦੇਖੋਗੇ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਕੁਰਬਾਨੀ ਕਰੂਗਾ। ਤੇ ਅਗਲੀ ਗੱਲ, ਜੇ ਆਪਾਂ ਸੋਚੀਏ ਕਿ ਤੁਸੀਂ ਜਦੋਂ ਕੁਰਬਾਨੀ ਕੀਤੀ, ਅਸੀਂ ਪਾਰਟੀ ਲਈ ਬਹੁਤ ਕੁਝ ਕੀਤਾ, ਬਿਲਕੁਲ ਕੀਤਾ, ਮੈਂ ਨਹੀਂ ਕਹਿੰਦਾ ਕੀਤਾ ਨਹੀਂ ਆ, ਕੀਤਾ ਹੋਊਗਾ, ਹਰ ਇੱਕ ਨੇ ਕੀਤਾ, ਪਰ ਹੋਰ ਵੀ ਬਹੁਤ ਸਾਰੇ ਲੀਡਰ ਸਾਹਿਬਾਨ ਸੀ ਜਿਨ੍ਹਾਂ ਨੇ, ਹੋਰ ਵੀ ਬਹੁਤ ਸਾਰੇ ਵਰਕਰ ਸਾਹਿਬਾਨ ਸੀ ਜਿਨ੍ਹਾਂ ਨੇ ਪਾਰਟੀ ਦੇ ਲਈ ਬਹੁਤ ਕੁਝ ਕੀਤਾ। ਬਹੁਤ ਸਾਰੇ ਸਾਡੇ ਜ਼ਿਲ੍ਹੇ ਚ ਇਹੋ ਜਿਹੇ ਲੀਡਰ ਸੀ ਜਿਨ੍ਹਾਂ ਦੀਆਂ ਪਰਿਵਾਰਾਂ ਦੀਆਂ ਜਾਨਾਂ ਵੀ ਚਲੇ ਗਈਆਂ ਕਿ ਉਹਨਾਂ ਨੂੰ ਐਡੇ ਵੱਡੇ ਰੁਤਬੇ, ਐਡੇ ਵੱਡੇ ਜਿਹੜੇ ਮਾਨ ਸਨਮਾਨ ਕੀ ਹਾਸਲ ਹੋਏ। ਇਹਦਾ ਜਵਾਬ ਜ਼ਰੂਰ ਦਿਓ ਕਿ ਉਹਨਾਂ ਲੀਡਰਸ਼ਿਪ ਜਿਹੜੇ ਉਹ ਵਰਕਰ ਸੀ ਜਿਹੜੇ ਜਿਨ੍ਹਾਂ ਨੇ ਪਾਰਟੀ ਲਈ ਆਪਣੀ ਜਾਨ ਵੀ ਦਿੱਤੀ, ਕਿ ਉਹਨਾਂ ਨੂੰ ਇੰਨਾ ਮਾਨ ਸਤਿਕਾਰ ਜਾਂ ਇੰਨਾ ਧੰਨ ਮਾਲ ਜਿਹੜਾ ਉਹ ਮਿਲਿਆ
ਇਹ ਜ਼ਰੂਰ ਚਰਚਾ ਦਾ ਵਿਸ਼ਾ ਹੈ। ਮੈਂ ਇੱਥੇ ਹੋਰ ਕਈ ਚੀਜ਼ਾਂ ਮੇਰੇ ਮਨ ਚ ਕਿਉਂਕਿ ਵਿਚਾਰਾਂ ਚ ਆਈਆਂ ਤੇ ਮੈਂ ਉਹਦੇ ਕਰਕੇ ਗੱਲ ਕਰਨੀ ਚਾਹੁੰਦਾ ਤੇ ਪਾਰਟੀ ਦੇ ਨਾਲ ਪਾਰਟੀ ਦੇ ਵਿੱਚ ਜੇ ਅੱਜ ਸਰਕਾਰਾਂ ਹੰਡਾਈਆਂ ਆਪਾਂ ਦੋ ਟਨਿਓਰ ਜਿਹੜੀਆਂ ਸੀ ਸਰਕਾਰਾਂ ਹੰਡਾਈਆਂ ਤਾਂ ਸਭ ਦਾ ਇਹ ਕਹਿਣਾ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਮਿਹਨਤ ਕਰਕੇ ਉਹ ਆਈਆਂ ਤੇ ਦੂਜੇ ਪਾਸੇ ਤੁਸੀਂ ਵੀ ਸੱਚ ਦੱਸਿਓ ਕਿ ਪਾਰਟੀ ਲਈ ਕਿੰਨੇ ਤਨ ਮਨ ਤੇ ਧਨ ਨਾਲ ਸੇਵਾ ਕੀਤੀ ਹੈ, ਇਹਦਾ ਜਵਾਬ ਵੀ ਜ਼ਰੂਰ ਚਾਹੀਦਾ। ਤੇ ਅੱਜ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਕੁਰਬਾਨੀ, ਸੁਖਬੀਰ ਸਿੰਘ ਬਾਦਲ ਸਾਹਿਬ ਕੌਣ ਹੈ, ਇਹਦੇ ਤੇ ਵੀ ਸਵਾਲ ਖੜਾ ਕੀਤਾ ਗਿਆ। ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਉਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਦੂਰ ਅੰਦੇਸ਼ੀ ਲੀਡਰ ਨੇ ਤੇ ਸ਼ਾਂਤੀ ਭਾਈਚਾਰਕ ਸਾਂਝ ਲਈ ਪੰਜਾਬ ਦੀ ਕੰਮ ਕਰਦੇ ਨੇ ਤੇ ਪਾਰਟੀ ਦੇ ਲਈ ਅਸੀਂ ਵੀ ਅਸੀਂ ਅੱਜ ਇੱਕ ਵਿਅਕਤੀ ਵਿਸ਼ੇਸ਼ ਦੇ ਨਾਲ ਨਹੀਂ ਅਸੀਂ ਕਹਿ ਰਹੇ ਹਾਂ, ਅਸੀਂ ਪਾਰਟੀ ਪ੍ਰਧਾਨ ਤੇ ਪਾਰਟੀ ਦੇ ਨਾਲ ਤੇ ਉਹਨਾਂ ਦੀ ਉਹ ਗੱਲ ਕਰਦੇ ਹਾਂ। ਤੇ ਨਾਲ ਹੀ ਕੁਰਬਾਨੀਆਂ ਦੇ ਵਿੱਚ ਮੈਂ ਇਹ ਵੀ ਕਹਿਣਾ, ਅਹਿਮੀਅਤ ਜਿਹੜੀ ਹੈ ਨਾ ਇਨਸਾਨ ਦੀ ਸਮੇਂ ਸਮੇਂ ਤੇ ਹਰ ਬੰਦੇ ਦੀ ਕਿਤੇ ਨਾ ਕਿਤੇ ਅਹਿਮੀਅਤ ਹੈ ਪਾਰਟੀ ਦੇ ਵਿੱਚ। ਪਾਰਟੀ ਦੀ ਅਹਿਮੀਅਤ ਇਹ ਹੈ ਕਿ ਕਿਸੇ ਨੇ ਕਿਸੇ ਤਰੀਕੇ ਨਾਲ ਕੰਮ ਕੀਤਾ, ਕਿਸੇ ਨੇ ਪਾਰਟੀ ਦੇ ਕਿਸੇ ਤਰੀਕੇ ਨਾਲ ਕੰਮ ਕੀਤਾ, ਪਰ ਕਈ ਵਾਰੀ ਕਿਸੇ ਨੂੰ ਬੰਦਾ ਮਾਨ ਸਤਿਕਾਰ ਮਿਲਦਾ, ਕਈ ਵਾਰੀ ਬੰਦਾ ਮਾਨ ਸਤਿਕਾਰ ਨਹੀਂ ਮਿਲਦਾ। ਤੇ ਮੈਂ ਇੱਥੇ ਇਹ ਵੀ ਗੱਲ ਕਰਨੀ ਚਾਹੁੰਦਾ, ਪਿਛਲੇ ਤਕਰੀਬਨ 12 ਸਾਲ ਤੋਂ ਜੇ ਤੁਸੀਂ ਦੇਖਿਆ ਜਾਵੇ, ਤਕਰੀਬਨ 12 ਸਾਲ 2012 ਜਦੋਂ ਦੂਜੀ ਵਾਰੀ ਸਰਕਾਰ ਬਣੀ ਤਾਂ ਉਦੋਂ ਤੋਂ ਸਾਰੀਆਂ ਪਾਰਟੀਆਂ ਦਾ, ਆਪਣਿਆਂ ਦਾ ਵੀ ਬੇਗਾਨਿਆਂ ਦਾ ਵੀ, ਇੱਕੋ ਇੱਕ ਜ਼ੋਰ ਲੱਗਿਆ ਹੋਇਆ ਕਿ ਪਹਿਲਾਂ ਪਾਰਟੀ ਨੂੰ ਕਮਜ਼ੋਰ ਕਿਵੇਂ ਕੀਤਾ ਜਾਵੇ, ਫਿਰ ਪਾਰਟੀ ਦੇ ਪ੍ਰਧਾਨ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ। ਪਾਰਟੀ ਕਮਜ਼ੋਰ ਨਹੀਂ ਹੋਈ ਤਾਂ ਪਿਛਲੇ 12 ਸਾਲਾਂ ਤੋਂ ਜੇ ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਬੀਜੇਪੀ ਹੈ ਜਾਂ ਕੋਈ ਆਪਣੇ ਜੋ ਨਿਕਲ ਕੇ ਗਏ ਹੋਏ ਬੰਦੇ ਨੇ, ਸਾਰਿਆਂ ਦਾ ਨਿਸ਼ਾਨਾ ਇੱਕੋ ਇੱਕ ਇਨਸਾਨ ਹੈ, ਉਹ ਹੈ ਸਰਦਾਰ ਸੁਖਬੀਰ ਸਿੰਘ ਬਾਦਲ। ਕਿਉਂ ਹੈ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਪ੍ਰਧਾਨ ਕਮਜ਼ੋਰ ਕਰ ਲਿਆ ਤਾਂ ਆਟੋਮੈਟਿਕਲੀ ਪਾਰਟੀ ਕਮਜ਼ੋਰ ਹੋ ਜੂਗੀ ਤੇ ਨੈਸ਼ਨਲ ਪਾਰਟੀਆਂ ਦਾ ਜਿਹੜਾ ਏਜੰਡਾ ਹੈ ਕਿ ਖੇਤਰੀ ਪਾਰਟੀਆਂ ਨੂੰ ਖਤਮ ਕਰਦਾ, ਉਹ ਏਜੰਡਾ ਜਿਹੜਾ ਉਹਨਾਂ ਦਾ ਕਾਮਯਾਬ ਹੋ ਜੂਗਾ। ਬੜੀ ਵਾਰ ਸੁਣਨ ਨੂੰ ਮਿਲਦਾ ਕਿ ਬਾਦਲ ਸਾਹਿਬ ਨੇ, ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਹੜੇ ਮੁੱਖ ਮੰਤਰੀ ਪੰਜਾਬ ਰਹੇ, ਉਹਨਾਂ ਨੇ ਸਾਡੇ ਲੀਡਰਸ਼ਿਪ ਸਾਹਿਬਾਨ ਨੂੰ ਸਾਡੇ ਜ਼ਿਲ੍ਹੇ ਚ ਢੀਂਡਸਾ ਸਾਹਿਬ ਨੂੰ ਵਰਤਿਆ ਜੀ, ਫਲਾਣੇ ਲੀਡਰ ਨੂੰ ਖਤਮ ਕਰਨ ਲਈ ਵਰਤਿਆ, ਫਲਾਣੇ ਨੂੰ ਖਤਮ ਕਰਨ ਲਈ ਵਰਤਿਆ। ਮੈਂ ਇੱਥੇ ਗੱਲ ਕਹਿਣੀ ਚਾਹੁੰਦਾ, ਕੋਈ ਇਨਸਾਨ ਕਿਸੇ ਨੂੰ ਨਹੀਂ ਵਰਤ ਸਕਦਾ ਰਾਜਨੀਤੀ ਦੇ ਵਿੱਚ। ਰਾਜਨੀਤੀ ਇੱਕ ਅਜਿਹੀ ਚੀਜ਼ ਹੈ, ਜਿਹੜਾ ਬੰਦਾ ਰਾਜਨੀਤੀ ਕਰਦਾ ਉਹ ਸਮਝਦਾਰ ਹੁੰਦਾ, ਉਹਨੂੰ ਪਤਾ ਕਿ ਮੈਂ ਕਿੱਥੇ ਵਰਤਿਆ ਜਾਣਾ ਜਾਂ ਕਿੱਥੇ ਨਹੀਂ ਵਰਤਿਆ ਜਾਣਾ। ਇੱਥੇ ਹਰ ਬੰਦਾ ਰਾਜਨੀਤੀ ਦੇ ਵਿੱਚ ਆਪਣੀ ਹੋਂਦ ਬਚਾਉਣ ਲਈ ਤੇ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਕੰਮ ਕਰਦਾ। ਜੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕੁਝ ਕੀਤਾ ਤਾਂ ਉਹਨਾਂ ਨੇ ਆਪਣੀ ਹੋਂਦ ਬਣਾਉਣ ਲਈ ਤੇ ਉਹਨੂੰ ਬਚਾਉਣ ਲਈ ਕੀਤਾ। ਇਹ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਨਾਲ ਜੋ ਖੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ, ਜੋ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਸਾਥੀ ਬਣ ਕੇ ਰਹੇ ਤਾਂ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਵੀ ਕੋਈ ਘੱਟ ਨਹੀਂ ਕੀਤੀ, ਉਹਨਾਂ ਨੇ ਵੀ ਉਹਨਾਂ ਨੂੰ ਪੂਰਾ ਸਿਰੇ ਲਾ ਕੇ ਰੱਖਿਆ ਤੇ ਇਸ ਜ਼ਿਲ੍ਹਿਆਂ ਦੇ ਮੁੱਖ ਮੰਤਰੀ ਤੱਕ ਬਣਾ ਕੇ ਰੱਖਿਆ ਤੇ ਸੰਗਰੂਰ, ਬਰਨਾਲਾ, ਮਲੇਰਕੋਟਲਾ ਜ਼ਿਲ੍ਹਿਆਂ ਦਾ ਮੁੱਖ ਮੰਤਰੀ ਸੀ ਉਹ ਢੀਂਡਸਾ ਸਾਹਿਬ ਸੀ। ਸੋ ਇਹ ਸੋਚਣ ਦੀ ਲੋੜ ਹੈ ਵੀਰੋ, ਸਭ ਦੀ ਇੱਛਾ ਹੁੰਦੀ ਹੈ ਕਿ ਅਸੀਂ ਪਾਰਟੀ ਦੇ ਵਿੱਚ ਅੱਗੇ ਵਧੀਏ, ਹਰ ਇਨਸਾਨ ਵਧਣਾ ਚਾਹੁੰਦਾ, ਜ਼ਿੰਦਗੀ ਦੇ ਵਿੱਚ ਤਰੱਕੀ ਕਰਨੀ ਚਾਹੁੰਦਾ। ਉਵੇਂ ਸਾਡੇ ਵਰਕਰ ਸਾਹਿਬਾਨ, ਕਈਆਂ ਨੂੰ ਮੌਕਾ ਮਿਲਦਾ ਹੈ, ਕਈਆਂ ਨੂੰ ਨਹੀਂ ਮਿਲਦਾ, ਪਰ ਪਾਰਟੀ ਦੇ ਵਿੱਚ ਮੈਂ ਉਹਨਾਂ ਲੀਡਰ ਸਾਹਿਬਾਨ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਤੋਂ ਵੱਧ ਕੁਰਬਾਨੀਆਂ ਵਾਲੇ ਲੋਕਾਂ ਦਾ ਕਦੇ ਪੁੱਛਿਆ ਕਿ ਕੀ ਹਾਲਾਤ ਨੇ? ਸਾਡੇ ਜਦਰ ਫਤਿਹਗੜ੍ਹ ਸਾਹਿਬ, ਸਾਡੇ ਰਘਵੀਰ ਵਾਲਾ ਸਾਹਿਬ, ਸਾਡੇ ਹੋਰ ਬਹੁਤ ਸਾਰੇ ਜਥੇਦਾਰ ਰਘਵੀਰ ਜਖੇਪਲ ਜੀ ਕਿੱਥੇ ਕੁ ਤੱਕ ਪਹੁੰਚੇ? ਉਹਨਾਂ ਦੇ ਅੱਗੇ ਸਾਡੇ ਪਰਿਵਾਰ, ਕਈ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ ਪੰਜਾਬ ਦੇ ਲਈ, ਕਦੇ ਉਹਨਾਂ ਦਾ ਪੁੱਛਿਆ ਕਿ ਕੀ ਹਾਲ ਹੋਇਆ? ਅੱਜ ਪਾਰਟੀ ਦੇ ਵਿੱਚ ਉਹਨਾਂ ਲੋਕਾਂ ਦਾ ਨਾਂ ਲੈ ਕੇ, ਅੱਜ ਜਿਹੜੇ ਕਦੇ ਸਰਸੇ ਵਾਲੇ ਦੀ ਬੇਅਦਬੀ ਦੀ ਤੁਸੀਂ ਗੱਲ ਕਰਦੇ ਹੋ,
ਕਦੇ ਕਹਿੰਦੇ ਹੋ ਉੱਥੇ ਬੀਆਰਪੀ ਹੋਈ ਜੀ ਤੇ ਸਰਸੇ ਵਾਲਿਆਂ ਦਾ ਰੋਲ ਸੀ, ਅੱਜ ਉਸੇ ਸਰਸੇ ਵਾਲੇ ਨੂੰ ਚੱਕ ਕੇ ਤੁਸੀਂ ਪਾਰਟੀ ਪਲੇਟਫਾਰਮ ਤੇ ਜਿਹੜੀਆਂ ਨੇ ਪਾਰਟੀ ਦੇ ਖਿਲਾਫ ਗੱਲਾਂ ਕਰਦੇ ਹੋ ਤੇ ਉਸੇ ਸਰਸੇ ਜਾ ਕੇ ਤੁਸੀਂ ਵੋਟਾਂ ਮੰਗੀਆਂ ਨੇ। ਸੋ ਬਹੁਤ ਸਾਰੇ ਇਹੋ ਜਿਹੇ ਜਿਹੜੇ ਸਵਾਲ ਜਿਹੜੇ ਸੀ ਉਹ ਤੁਹਾਡੇ ਲਈ ਹੈਗੇ ਨੇ, ਪਰੰਤੂ ਸਭ ਤੋਂ ਵੱਡੀ ਜਿਹੜੀ ਆ ਪਾਰਟੀ ਹੈ, ਵਿਅਕਤੀ ਵਿਸ਼ੇਸ਼ ਨਾ ਪਹਿਲਾਂ ਕਦੇ ਵੱਡਾ ਹੋਇਆ ਨਾ ਵਿਅਕਤੀ ਵਿਸ਼ੇਸ਼ ਨੇ ਕਦੇ ਵੱਡਾ ਹੋਣਾ। ਪਾਰਟੀ ਇੱਕ ਸੋਚ ਹੈ, ਇੱਕ ਵਿਚਾਰ ਹੈ, ਤੇ ਤੁਸੀਂ ਸਾਨੂੰ ਜਿਹੜੇ ਸਾਡੀ ਲੀਡਰਸ਼ਿਪ ਜਿਹੜੀ ਪਾਰਟੀ ਸਾਨੂੰ ਪਾਠ ਪੜਾਉਂਦੀ ਸੀ ਕਿ ਨਹੀਂ ਪਾਰਟੀ ਵੱਡੀ ਹੁੰਦੀ ਹੈ, ਤੇ ਅੱਜ ਉਹੀ ਲੀਡਰਸ਼ਿਪ ਪਾਰਟੀ ਤੋਂ ਪਰੇ ਹੋ ਕੇ ਜਾ ਰਹੀ ਹੈ। ਤੇ ਅਸੀਂ ਤਾਂ ਮੈਂ ਤਕਰੀਬਨ ਮੇਰਾ ਵੀ 27 ਸਾਲ ਦਾ ਹੋ ਗਿਆ ਤੇ ਤਜਰਬਾ ਇੱਥੇ, ਤੇ ਉਸ ਤੋਂ ਪਹਿਲਾਂ ਪਰਿਵਾਰ ਵੀ ਜਿਹੜੇ ਨੇ ਦਾਦੇ ਪੜਦਾਦਿਆਂ ਤੋਂ ਚੱਲੇ ਆਉਂਦੇ ਆ, ਤੇ ਪਰ ਇੱਕ ਚੀਜ਼ ਜ਼ਰੂਰ ਹੈ, 27 ਸਾਲਾਂ ਚ ਨਾ ਤਾਂ ਕਦੇ ਕਿਸੇ ਦੇ ਇਹ ਕਹੀਏ ਕਿ ਅਸੀਂ ਮੁਖਾਲਫਤ ਕੀਤੀ ਹੈ, ਨਾ ਕਦੇ ਅਸੀਂ ਆਜ਼ਾਦ ਕੋਈ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਹੈ। ਕਹਿੰਦੇ ਸਾਰੇ ਸੀ ਜਦੋਂ ਇਹ ਸੁਨਾਮ ਦੇ ਵਿੱਚ ਰਹਿੰਦੇ ਹੋਏ ਇੱਥੇ ਢੀਂਚਾ ਸਾਹਿਬ ਦਾ ਰਾਜ ਸੀ, ਉਦੋਂ ਵੀ ਬਹੁਤ ਸਾਰੇ ਲੋਕ ਕਹਿੰਦੇ ਸੀ ਬਾਈ ਚੱਕ ਦੇ ਝੰਡਾ, ਪਰ ਨਹੀਂ, ਇੱਕੋ ਸੋਚ ਸੀ ਕਿ ਨਹੀਂ ਯਾਰ ਪਾਰਟੀ ਦੇ ਪਲੇਟਫਾਰਮ ਤੇ ਪਾਰਟੀ ਦੇ ਨਾਲ ਰਹਿਣਾ, ਪਾਰਟੀ ਦੀਆਂ ਸਫਾਂ ਚ ਰਹਿਣਾ, ਤਨ ਮਨ ਧਨ ਨਾਲ ਜਿਹੜੇ ਵੀ ਲੀਡਰ ਨੂੰ ਇੱਥੇ ਟਿਕਟ ਦਿੱਤੀ ਹੈ ਉਹਦੀ ਮਦਦ ਕੀਤੀ ਹੈ। ਇਹ ਗੱਲ ਜਿਹੜੇ ਸਾਡੇ ਵੱਡੇ ਲੀਡਰ ਸਾਹਿਬ ਨੇ ਇਸ ਗੱਲ ਨੂੰ ਜ਼ਰੂਰ ਮੰਨਣਗੇ ਕਿ ਕਦੇ ਉਹਨਾਂ ਤੋਂ ਬੇਮੁੱਖ ਹੋ ਕੇ ਕੰਮ ਨਹੀਂ ਕੀਤਾ। ਪਰੰਤੂ ਅੱਜ ਦੁੱਖ ਹੁੰਦਾ ਕਿ ਜਦੋਂ ਪਾਰਟੀ ਲਈ ਤੇ ਪਾਰਟੀ ਪ੍ਰਧਾਨ ਲਈ ਇਹੋ ਜਿਹੇ ਮਾੜੇ ਸ਼ਬਦ ਵਰਤਦੇ ਨੇ, ਤੇ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਸੰਗਤ ਵੱਡੀ ਹੁੰਦੀ ਹੈ। ਅੱਜ ਜੇ ਅਸੀਂ ਵੱਡੇ ਹਾਂ, ਅਸੀਂ ਵਿਅਕਤੀ ਵਿਸ਼ੇਸ਼ ਕਰਕੇ ਵੱਡੇ ਨਹੀਂ, ਅਸੀਂ ਸੰਗਤ ਕਰਕੇ ਵੱਡੇ ਹਾਂ, ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਖੜੇ ਹਾਂ, ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਵਾਂਗੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਸਾਥ ਦੇਵਾਂਗੇ, ਤੇ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਬਣ ਕੇ ਜਿਹੜਾ ਇਹ ਕੰਮ ਕਰਾਂਗੇ। ਅੱਜ ਮੈਂ ਉਹਨਾਂ ਲੀਡਰ ਸਾਹਿਬਾਨ ਨੂੰ ਜਿਹੜੇ ਪਾਰਟੀ ਦੇ ਖਿਲਾਫ ਚੱਲਦੇ ਨੇ, ਮੈਂ ਉਹਨਾਂ ਨੂੰ ਇੱਕ ਕਹਿਣਾ ਚਾਹੁੰਦਾ ਕਿ ਪਾਰਟੀ ਨੇ ਬਹੁਤ ਕੁਝ ਦਿੱਤਾ ਤੁਹਾਨੂੰ, ਬਹੁਤ ਹੀ ਅੱਜ ਤੁਹਾਡਾ ਨਾਮ ਹੈ ਤਾਂ ਪਾਰਟੀ ਤੇ ਪਾਰਟੀ ਦੀ ਲੀਡਰਸ਼ਿਪ ਕਰਕੇ ਹੈ। ਤੇ ਮੈਂ ਇਸ ਗੱਲ ਨੂੰ ਬਹੁਤ ਕਹਿ ਸਕਦਾ ਕਿ ਸਰਦਾਰ ਬਲਵਿੰਦਰ ਸਿੰਘ ਭੁੰਦੜ ਸਾਹਿਬ ਜਾਂ ਹੋਰ ਜਿਹੜੀ ਲੀਡਰਸ਼ਿਪ ਜਿਹੜੇ ਵੀ ਫੈਸਲੇ ਕਰ ਰਹੀ ਹੈ ਉਹ ਫੈਸਲਿਆਂ ਤੇ ਅਸੀਂ ਪੂਰਾ ਸਮਰਥਨ ਦਿੰਦੇ ਹਾਂ, ਤੇ ਅਸੀਂ ਪਾਰਟੀ ਪ੍ਰਧਾਨ ਦੇ ਨਾਲ ਪੂਰੇ ਸਮਰਥਨ ਦੇ ਵਿੱਚ ਹਾਂ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।